ਵਿਚਾਰੇ ਨੂੰ ਛੱਡ ਦਈਏ, ਸਵੇਰ ਦਾ ਰੁਕਿਆ ਹੋਇਆ ਇਹਨੂੰ ਨੀ ਪਤਾ ਸਾਲਾ ਗੱਡੇ ਦਾ ਸਮਾਨ ਸਕੂਟਰ ਤੇ ਲੱਦੀ ਫਿਰਦਾ। ਮੈਂ ਸਿਫਾਰਿਸ਼ ਤਾਂ ਕਰਦਾ, ਇਹ ਮੇਰੇ ਪਿੰਡੋਂ ਆ। ਕਿਹੜਾ ਪਿੰਡ ਆ ਤੇਰਾ? ਜਨਾਬ ਸਮਾਣਾ। ਮਾਣਾ? ਬਹੁਤ ਸਮਾਂ ਪਹਿਲਾਂ ਉੱਥੇ ਦਾ ਇੱਕ ਬੰਦਾ ਹੁੰਦਾ ਸੀ ਜਿਹੜਾ ਆਪਣੇ ਸਗੀ ਭੂਆ ਦੀ ਕੁੜੀ ਨੂੰ ਕੱਢ ਕੇ ਲੈ ਗਿਆ ਸੀ। ਓ ਨੋ! ਤੇ ਅੱਗੋਂ ਜਾ ਕੇ ਉਹਨੇ ਇੱਕ ਬਿੱਜੂ ਜਿਹਾ ਵੀ ਜੰਮਿਆ ਸੀ। ਹਾਂ ਜਨਾਬ, ਬਿੱਜੂ ਮੈਂ ਹੀ। ਬੇਟੇ ਫਿਰ ਤੂੰ ਆਪਣੇ ਫਾਦਰ ਸਾਹਿਬ ਨੂੰ ਪਾਪਾ ਜੀ ਕਹਿਣਾ ਹੁੰਦਾ ਅੱਜ ਕੱਲ੍ਹ ਕਿ ਮਾਮਾ ਜੀ? ਆਪਣਾ ਬਿੱਲ ਵਾਪਸ ਲੈ ਜਾਓ। ਕਹਿੰਦਾ ਜੀ ਐ ਬਿੱਲ ਵਾਪਸ ਨੀ ਹੁੰਦੇ ਹੁੰਦੇ। ਮੈਂ ਕਿਹਾ ਸਾਲਿਆ, ਸਰਕਾਰ ਨੇ ਤਿੰਨ ਬਿੱਲ ਵਾਪਸ ਲੈ ਲਏ ਤੇ ਤੋਂ ਇੱਕ ਨੀ ਹੁੰਦਾ। हेलो जेनिफर, आपको एक बात का पता है? कैडी दा? जो जानवर होते हैं ना, वो इंसानों से ज्यादा वफादार होते हैं। तो कहना की चाहनी है? मैंने एक मैगजीन में पढ़ा था, जो डोंकीज होते हैं ना, आई मीन गधे, वो अपनी वाइफ के अलावा किसी और की तरफ आंख उठा कर भी नहीं देखते। भाई साले नु गधे कहते। मैनु समझाउणा ही सी। आप टीले बोल। मैं कल्ला नहीं बोल रहा, सारी दुनिया कह रही है कि आजकल पल्ला जी बड़े नटखट हो गए हैं। मैं भी कल्ला नहीं होया, ब्याह तो बाद सारे नटखट हो जाते हैं। वो किदां? ब्याह तो बाद बंदियां दे सारे नट तां ढिल्ले हो जाते हैं, ते बेचारे पल्ले जनानियां दी सिर्फ खटखट रह जांदी है। सीधा सीधा कहो का भांडे खड़कदे आ। चल मनिया साडे तां भांडे खड़कदे आ, पर साले तेरे वांगू पतीला तां नहीं खड़कदा। गल की है पतीला जी? बत्तीए आ जानी, पखा चला जानी बत्ती। ओ आओ मेरे पुत, है नीतू अपने घर परोने आया? और पुत का सब ठीक ठाक? हां जी। हैं, खाना पीना की है? दसो, चाय कमा ठंडा कमा? ना ना मासूर जी, रहन दो, मैं कते मासी नु खेचल देनी। ले पुत, खेचल वाली केड़ी गल है? तुसी जल्दी बोलो, संग दे क्यों? चाय कमा ठंडा कमा? चाय कह दियो। ओके, चाय। मैं तो डर गई। पल्ला साहब, मेनू किसी नौकरी ते रख लो, ਮੈਨੂੰ ਲੋਕਡਾਊਨ ਦੇ ਵਿੱਚ ਨੌਕਰੀ ਤੋਂ ਕੱਢ ਦਿੱਤਾ। ਕੀ ਕੰਮ ਕਰ ਲੈਣਾ? ਸਰ ਕੋਈ ਵੀ ਕੰਮ ਤੇ ਰੱਖ ਲਓ, ਭਾਵੇਂ ਡਰਾਈਵਰ ਹੀ ਰੱਖ ਲਓ ਜੀ। ਕਿੰਨੀ ਤਨਖਾਹ ਲਏਗਾ? ਸਰ 5-7 ਹਜ਼ਾਰ ਰੁਪਇਆ ਦੇ ਦਿਓ, ਨਾਲ 3 ਟਾਈਮ ਦੀ ਰੋਟੀ। ਬੇਟਾ ਤਨਖਾਹ ਭਾਵੇਂ 10 ਹਜ਼ਾਰ ਲੈ ਲਈ, ਪਰ ਰੋਟੀ ਨੂੰ ਤੂੰ ਮਹਿੰਗਾ। ਜੀਜਾ ਜੀ, ਤੁਹਾਨੂੰ 15 ਦਿਨ ਹੋ ਗਏ ਆਪਣੇ ਸਹੁਰੇ ਘਰ ਬੈਠਿਆਂ ਨੂੰ। ਓ ਨੋ! ਫ੍ਰੀ ਦਾ ਖਾਂਦਿਆਂ ਨੂੰ ਪਾਓ, ਹੁਣ ਚੱਲੇ ਆਪਣੇ ਘਰ ਵੱਲ ਨੂੰ। ਸ਼ਾਬਾਸ਼, ਤੁਹਾਡੀ ਭੈਣ ਨੂੰ 10 ਸਾਲ ਹੋ ਗਏ ਮੇਰੇ ਘਰ ਬੈਠੀ ਨੂੰ, ਮੈਂ ਤਾਂ ਕਦੀ ਕਿਹਾ ਨਹੀਂ ਆਪਣੇ ਘਰ ਚਲ ਜਾ। ਉਹ ਤਾਂ ਵਿਆਹ ਕਰਵਾ ਕੇ ਗਈ ਨਾ ਤੁਹਾਡੇ ਘਰ। ਤੇ ਸਾਲਿਓ, ਮੈਂ ਵੀ ਵਿਆਹ ਕਰਵਾ ਕੇ ਆਇਆ ਤੁਹਾਡੇ ਘਰ, ਮੈਂ ਕਿਹੜਾ ਕਮੇਟੀ ਚੱਕਣਾ ਆ। ਗੱਲ ਕੀ ਹੈ? ਹਾਂ,